ਮਿੰਟ ਲੱਗਣਾ ਨਾ ਜੱਟ ਕੋਈ ਗੱਲ ਨਹੀਂ ਹੈ ਇੱਥੇ ਲੱਗ ਜਾਂਦਾ ਪੱਕਾ ਕਿ ਉੱਥੇ ਦੇ ਲੈਣੇ ਤਾਂ ਕੌਣ ਹੈ ਘਰ ਦੇ ਵਿੱਚ ਵੜ ਕੇ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। 27 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦਾ ਕਿ ਬੇਰਹਿਮੀ ਨਾਲ ਘਰ ਦੇ ਵਿੱਚ ਵੜ ਕੇ ਕਤਲ ਕੀਤਾ ਗਿਆ। ਦਰਸਲ ਕਿਹਾ ਜਾ ਰਿਹਾ ਕਿ ਵਿਨੋਦ ਕੁਮਾਰ ਇਸ ਦਾ ਨਾਮ ਹੈ ਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਘਰ ਦੇ ਵਿੱਚ ਵੜ ਕੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਹਾਲਾਂਕਿ ਇਸ ਨੌਜਵਾਨ ਦੇ ਪਿਤਾ ਪੁਲਿਸ ਦੇ ਵਿੱਚੋਂ ਰਿਟਾਇਰ ਹੋ ਚੁੱਕੇ ਨੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਕੁਝ ਸਮਾਂ ਪਹਿਲਾਂ ਹੀ ਇਸ ਦੀ ਮਾਤਾ ਦੀ ਵੀ ਦਿਲ ਦੇ ਦੌਰਾ ਪੈਣ ਦੇ ਕਾਰਨ ਮੌਤ ਹੋਈ ਸੀ ਤੇ ਹੁਣ ਇਸ ਨੌਜਵਾਨ ਦਾ ਵੀ ਕਿਸੇ ਨੇ ਘਰ ਦੇ ਵਿੱਚ ਵੜ ਕੇ ਕਤਲ ਕਰ ਦਿੱਤਾ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਕਾਫੀ ਦਿਨ ਤੋਂ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਸ ਗੱਲ ਦੇ ਬਾਰੇ ਸੂਚਿਤ ਕੀਤਾ ਗਿਆ ਤੇ ਜਦੋਂ ਰਿਸ਼ਤੇਦਾਰਾਂ ਨੇ ਆ ਕੇ ਘਰ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਖੂਨ ਦੇ ਨਾਲ ਲਥਪਥ ਹਾਲਤ ਦੇ ਵਿੱਚ ਵਿਨੋਦ ਕੁਮਾਰ ਦੀ ਲਾਸ਼ ਜ਼ਮੀਨ ਤੇ ਪਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਜਾਂਦਾ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬੇਰਹਿਮੀ ਦੇ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਗਿਆ। ਉੱਥੇ ਹੀ ਪੁਲਿਸ ਹੁਣ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਣ ਦੇ ਵਿੱਚ ਲੱਗੀ ਹੋਈ ਹੈ ਕਿ ਆਖਰ ਇਸ ਦਾ ਕਤਲ ਕੀਤਾ ਕਿਉਂ ਗਿਆ ਤੇ ਕਿਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਬਟਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਸੰਨੀ ਸੰਨੀ ਕਹਿੰਦੇ ਸੀ ਤੇ ਉਦਾਂ ਵਿਨੋਦ ਕੁਮਾਰ ਇਹਦਾ ਨਾਂ। ਅੱਛਾ ਜੀ। ਤੇ ਇਹ ਕੰਪਿਊਟਰ ਸਿੱਖਿਆ ਸੀ ਜੀ, ਕੰਮ ਨਹੀਂ ਇਹਦੇ ਕੋਈ ਵੀ ਕਰਦਾ। ਵੇਲਾ ਜੀ ਤੇ ਕਰ ਚੁੱਕਾ ਰਹਿੰਦਾ। ਹਾਂ ਕੱਲਾ ਹੈ। ਇਹਦਾ ਮਾਂ ਪਿਓ ਜਾਂ ਹੋਰ ਰਿਸ਼ਤੇਦਾਰ? ਉਹ ਦੱਤ ਹੋ ਗਿਆ। ਉਹ ਦੱਤ ਹੋ ਗਈ ਨਾ ਪਿਤਾ ਦੀ, ਉੱਥੇ ਹੀ ਸਮਰਾਲੇ ਹੋ ਗਈ। ਉਰਸ 'ਚ ਸੀਗਾ ਉਹ, ਚੰਡੀਗੜ੍ਹ ਕਰਦਾ ਹੁੰਦਾ ਸੀਗਾ ਤੇ ਮਾਤਾ ਫਿਰ ਉਹਦੀ ਘਰ ਆਣ ਕੇ ਇੱਥੇ ਪੂਰੀ ਹੋ ਗਈ, 8-9 ਸਾਲ ਰਹੀ ਆ। ਦੁੱਧ ਲੈਣ ਗਈ, ਅਟੈਕ ਹੋ ਗਈ ਤੇ ਹੁਣ ਕੱਲਾ ਹੀ ਰਹਿੰਦਾ। ਸਾਨੂੰ ਤੇ ਇਹਨਾਂ ਫੋਨ ਕੀਤਾ ਵਾ, ਆ ਫੋਨ ਗਿਆ ਤੇ ਅਸੀਂ ਸਵੇਰੇ ਆਏ ਆ। ਸਾਡਾ ਤੇ ਉਹ ਧਿਆਨ ਪਰ ਲੱਗ ਕੇ ਘਰ ਆ, ਸਾਡਾ ਪੋਤੀ ਆ। ਹੋਇਆ ਇਸ ਤਰ੍ਹਾਂ ਸੀ ਕਿ ਕੱਲ੍ਹ ਛੁੱਟੀ ਦਾ ਦੇਣੀ ਮੈਂ ਘਰ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਕੋਲ 2:30 ਤੋਂ 3 ਵਜੇ ਨਾਲ ਥੋੜੀ ਲੈਣ ਆਇਆ, ਇਹਨੂੰ ਮੈਂ ਥੋੜੀ ਦਿੱਤੀ, ਮੈਨੂੰ ਵਾਪਸ ਕਰਨ ਨਹੀਂ ਆਇਆ ਵਾ, ਠੀਕ ਹੈ ਜੀ। ਮੈਂ ਵਾਪਸ ਵੀ ਕੀਤੀ, ਮਤਲਬ ਵਾਪਸ ਦੇਣ ਆਇਆ, ਥੋੜੀ ਵਾਪਸ ਦੇ ਕੇ ਉਸ ਤੋਂ ਬਾਅਦ ਸ਼ਾਮੀ, ਮਤਲਬ ਲਾ ਲਓ 3-9 ਵਜੇ ਤੋਂ ਬਾਅਦ ਦੀ ਗੱਲ ਵਾ, ਉਦੋਂ ਇੱਥੇ ਗਲੀ ਦੇ ਵਿੱਚ ਸਾਰੇ ਇਕੱਠੇ ਹੋਏ ਦੇ ਸੀ, ਸਾਰੇ ਇਕੱਠੇ ਹੋਏ ਦੇ ਸੀ ਤੇ ਕਿ ਮੈਂ ਵੀ ਬਾਰੀ 'ਚ ਵੇਖਿਆ, ਮੈਂ ਬਾਹਰ ਆ ਕੇ ਤਾਂ ਮੈਂ ਵੇਖਿਆ ਤਾਂ ਕੀ ਹੋਇਆ ਰਿਹਾ, ਅਤੇ ਜਦੋਂ ਵੇਖਿਆ ਤਾਂ ਇਹ ਗੱਲ ਕਰਦੇ ਪਏ ਸੀ ਕਿ ਜਿਹੜਾ ਸੰਨੀ ਆ ਮੁੰਡਾ ਉਹ ਮਤਲਬ ਕਿ ਕੱਲ੍ਹ 4-4:30 ਵਜੇ ਦਾ ਲੱਭਣ ਨਹੀਂ ਦਿਆ ਅਤੇ ਟਾਈਮ 9-10 ਵਜੇ ਹੁੰਦੇ ਨੇ ਅਤੇ ਉਹਦਾ ਮੋਬਾਈਲ ਜਿਹੜਾ ਵਾ ਸਾਨੂੰ ਸੰਗਤਪੁਰਿਓ ਲੱਭਿਆ ਸੀ। ਸੰਗਤਪੁਰਿਓ ਜਿਹਨੂੰ ਲੱਭਾ ਸੀ ਉਹਦਾ ਘਰ ਸੰਗਤਪੁਰੇ ਸੀ, ਉਹਦੀ ਦੁਕਾਨ ਉਮਰਪੁਰੇ ਭਾਂਡਿਆਂ ਵਾਲਾ, ਠੀਕ ਹੈ ਜੀ। ਉਹਦੇ ਮੁੰਡੇ ਨੂੰ ਲੱਭਿਆ ਸੀ ਅਤੇ ਜਦੋਂ ਲੱਭਿਆ ਤਾਂ ਉਹਨਾਂ ਨੇ ਵਾਪਸ ਕਰਤਾ ਇਹਨਾਂ ਨੂੰ, ਮਤਲਬ ਇੱਥੇ ਜੋਤੀ ਭਾਬੀ ਰਹਿੰਦੇ ਨੇ ਉਹਨਾਂ ਨੂੰ ਵਾਪਸ ਦੇ ਤਾ ਅਤੇ ਉਸ ਤੋਂ ਬਾਅਦ ਫਿਰ ਸਾਰੇ ਮੁੰਡੇ ਜਿੰਨੇ ਨੇ ਉਹ ਸੰਗਤਪੁਰੇ ਨੂੰ ਲੱਭਣ ਗਏ ਨੇ। ਲਾਗੇ ਸੂਆ ਹੈਗਾ ਵਾ, ਪਾਏ ਪੈਲੀਆਂ ਹੈਗੀਆਂ ਵਾ, ਉੱਥੇ ਸਾਰੇ ਕਿਤੇ ਵੇਖਿਆ ਸਾਨੂੰ ਲੱਭਿਆ ਨਹੀਂ। ਘਰ ਫੋਲਿਆ ਸੀ, ਠੀਕ ਹੈ ਜੀ, ਕਿਉਂਕਿ ਇਹ ਬੂਆ ਜਿਹੜਾ ਖੁੱਲ੍ਹਾ ਦਾ ਸੀ ਇੱਧਰੋਂ ਦੀ ਅੰਦਰ ਜਾ ਕੇ, ਠੀਕ ਹੈ ਜੀ, ਆਹ ਕੁੰਡਾ ਖੋਲਿਆ, ਕੁੰਡਾ ਖੋਲ੍ਹ ਕੇ ਫਿਰ ਇਹਨੂੰ ਚਟਕਣੀ ਲਾ ਕੇ ਅੰਦਰੋਂ, ਬਾਅਦ 'ਚ ਸਾਹਮਣੇ ਜਦੋਂ ਬੂਆ ਵੇਖਿਆ ਉਹ ਲੋਕ ਸੀ, ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਨਹੀਂ ਖੁੱਲ੍ਹਿਆ, ਮੋਢੇ ਮੁੰਡੇ ਮਾਰੇ, ਨਹੀਂ ਟੁੱਟਿਆ। ਅੱਜ ਕਿਸੇ ਅਚਾਨਕ ਹੀ ਇਹਨਾਂ ਨੂੰ ਪਤਾ ਲੱਗਾ ਮਹੱਲੇ ਵਾਲਿਆਂ ਨੂੰ, ਕਿਉਂਕਿ ਮੈਂ ਕੰਮ ਤੋਂ ਤੁਰਿਆ ਆਉਂਦਾ ਪਿਆ ਸੀ ਉਦੋਂ, ਅਤੇ ਪਤਾ ਲੱਗਾ ਕਿ ਇੱਦਾਂ ਸੰਨੀ ਦਾ ਹੋ ਗਿਆ ਵਾ, ਕਿ ਕਤਲ ਹੋ ਗਿਆ ਵਾ। ਬਾਕੀ ਬਸ ਇਹੀ ਕਹਾਂਗੇ ਕਿ ਜਿੰਨੇ ਵੀ ਇਹੋ ਜਿਹਾ ਕੰਮ ਕੀਤਾ ਵਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੇਰਾ ਬ੍ਰਦਰ ਲੱਗਦਾ 27 ਸਾਲ, ਕੋਈ ਨਹੀਂ ਰਹਿੰਦਾ, ਇਕੱਲਾ ਹੀ ਰਹਿੰਦਾ। ਹਾਂਜੀ, ਕੱਲ੍ਹ ਮੇਰੇ ਨਾਲ 11 ਵਜੇ ਗੱਲ ਹੋਈ ਹੈ, ਉਸ ਤੋਂ ਬਾਅਦ ਨਹੀਂ ਫੋਨ ਹੋਇਆ, ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ। ਸਾਨੂੰ ਫੋਨ ਗਿਆ ਵਾ ਗਲੀ 'ਚੋਂ ਕਿਸੇ ਦਾ, ਗੁਆਂਢੀਆਂ ਦਾ। ਹਾਂਜੀ ਹਾਂਜੀ, ਨਹੀਂ ਕੁਆਰਾ ਹੈ, ਨਹੀਂ ਕੋਈ ਨਹੀਂ, ਇੱਥੇ ਕੋਈ ਨਹੀਂ ਰਹਿੰਦਾ, ਉਦਾਂ ਮੰਮੀ ਡੈਡੀ ਹੈਗੇ, ਉਹ ਪਿੰਡ ਦਾ ਮੰਮੀ ਆ ਇਕੱਲੇ। ਹਾਂਜੀ, ਕੰਮ ਨਹੀਂ ਕਰਦਾ ਅਜੇ, ਲੱਭਣ ਡਿਆ ਸੀ ਮੈਂ। ਇਹ ਜੀ ਵਿਨੋਦ ਨਾਂ ਦਾ ਮੁੰਡਾ ਹੈਗਾ ਵਾ, ਇੱਥੇ ਲਾਸ਼ ਮਿਲੀ ਹੈ, ਬਾਕੀ ਆਪਾਂ ਇਨਵੈਸਟੀਗੇਸ਼ਨ ਕਰਦੇ ਪਏ ਹਾਂ, ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਏਗੀ। ਇਹ ਜੀ ਹੈਗੀ 26 ਸਾਲ ਹੈਗੀ ਸੀ, ਬਾਕੀ ਕਰ ਰਹੇ ਹਾਂ ਜੀ, ਇਹਦਾ ਆਪਣਾ ਵੇਖ ਰਹੇ ਹਾਂ, ਮੌਕਾ ਵੇਖਿਆ ਵਾ ਅਤੇ ਮੌਕੇ ਦੇ ਮੁਤਾਬਿਕ ਜੋ ਵੀ ਉਹ ਬਣਦੀ ਹੋਊਗੀ ਕਾਰਵਾਈ ਆਪਾਂ ਕਰਾਂਗੇ। ਹਾਂਜੀ, ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੀ। ਇਹ ਜੀ ਮੁਹੱਲਾ ਵਾ, ਮੀਆਂ ਮੁਹੱਲਾ ਜੀ। ਇਹ ਜੀ ਵਿਨੋਦ ਨਾਂ ਦਾ ਹੈਗਾ ਮੁੰਡਾ, ਇਹਦੀ ਡੈਡ ਬੋਡੀ ਇੱਥੇ ਮਿਲੀ ਹੈ ਘਰ ਦੇ ਵਿੱਚ, ਬਾਕੀ ਆਏ ਹਾਂ ਵੈਰੀਫਾਈ ਕਰ ਰਹੇ ਹਾਂ, ਇਨਵੈਸਟੀਗੇਸ਼ਨ ਚੱਲਦੀ ਪਈ ਹੈ।
ਇਹ ਡੈਡ ਬੋਡੀ ਮਿਲੀ ਹੈ ਵੇਖ ਰਹੇ ਹਾਂ ਤਾਂ ਪੁੱਛ ਰਹੇ ਹਾਂ ਕੀ ਗੱਲ ਕੀ ਹੋਈ ਹੈ ਬਾਕੀ ਜੋ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮਹੱਲੇਦਾਰਾਂ ਮੁਤਾਬਕ ਤੋਂ ਕਰਸਾਂ ਕਿਸ ਤਰ੍ਹਾਂ ਦਾ ਸੁਭਾਅ ਸੀ ਜਾਂ ਕੋਈ ਆਇਆ ਗਿਆ ਕਿਸ ਤਰ੍ਹਾਂ ਦਾ ਸੁਭਾਅ ਵੱਲੋਂ ਤਾਂ ਠੀਕ ਹੀ ਲੱਗ ਰਿਹਾ ਵਾ ਪਰ ਆਪਾਂ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਕਿਤੇ ਨਾ ਲੱਗਦਾ ਕਿਸ ਚੀਜ਼ ਦਾ ਮਟਰ ਰਿਪੋਰਟ ਹੈ ਤੇ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।